अस्सलाम वालेकुम रहमतुल्लाहि व बरकातहू। क्या हाल चाल है सारे का? उम्मीद करना तो सारे हैरत नाल होवोगे। तो यार वीडियो शुरू करने तो पहले मैं सारे नूं कहांगा, जिहड़ा जिहड़ा मेरे चैनल ते नवा है ओह सारे जने मेरे चैनल नूं कर दिओ सबसक्राइब ते बैल आइकोन नूं कर दिओ ऑन। तो यार अज मैं तुहानूं सियालकोट की एक ऐसी जगह ते लैके चला वां, तुहानूं एक सियालकोट की ऐसी जगह वहां लगा वां, एक ऐसी चीज़ वहां लगा वां जिहदा अजे तक जिहड़ा ना सियालकोटी वाम नूं बहुत बहुत ज्यादा घट पता है, बहुत घट लोगों नूं पता है। बस जिहड़े उस इलाके च रहिंदे ना उहनां नूं पता है, उहनां तों इलावा जिहड़ा ना बाकी वाम नूं बहुत घट पता है, बाकी वाम नूं ना उस चीज़ ਦਾ ਇਸ ਸਾਲ ਪਤਾ ਲੱਗੇਗਾ। ਠੀਕ ਹੈ, ਉਹ ਚੀਜ਼ ਮੈਂ ਤੁਹਾਨੂੰ ਉੱਥੇ ਜਾ ਕੇ ਵਿਖਾਵਾਂਗਾ, ਕਿਉਂਕਿ ਜੇ ਮੈਂ ਇੱਥੇ ਦੱਸ ਦਿੰਦਾ ਵੀਡੀਓ ਦੇ ਸ਼ੁਰੂ ਦੇ ਵਿੱਚ ਫਿਰ ਸਾਰਾ ਜਿਹੜਾ ਨਾ ਇੰਟਰਸਟ ਉਹ ਖਤਮ ਹੋ ਜਾਣਾ। ਉੱਥੇ ਜਾ ਕੇ ਮੈਂ ਤੁਹਾਨੂੰ ਹਾਨਾ ਵਾਂ ਕਿ ਉਹ ਚੀਜ਼ ਹੈ ਕਿਹੜੀ ਹੈ। ਅਤੇ ਖੈਰ ਹੁਣ ਟਾਈਮ ਹੋ ਗਿਆ ਜੇ 3:30 ਵਜੇ ਦਾ, ਠੀਕ ਹੈ, ਤਾਂ ਮੈਨੂੰ ਤਕਰੀਬਨ 1 ਘੰਟਾ ਲੱਗ ਜਾਣਾ ਉੱਥੇ ਜਾਂਦੇ ਜਾਂਦੇ ਆ। ਅਤੇ ਹੁਣ ਨਿਕਲਦੇ ਹਾਂ ਆਪਣੇ ਸਫ਼ਰ ਵੱਲ, ਫਿਰ ਤੁਹਾਨੂੰ ਜਾ ਕੇ ਉਹ ਚੀਜ਼ ਵਿਖਾਉਣਾ। यार इस टाइम मैं पुज गया वा गोंदर रोड, ठीक है, गोंदर रोड तो अगे जरा बन आंदा ना, इस टाइम मैं उत्थे पुजा वा। इस टाइम बन दे उत्थे खलोता वा, जदों इंडिया पानी छड़दा है ना, जदों बहुत ज्यादा पानी छड़े उदों इन्हां पैलियां दे विच वी जरा ना पानी होया हुंदा। हुण मैं चला वा उह सामने बंद कोल जिथे उह पौधे वगैरा लगे ने, उह सीधा रोड जांदा है। हुण मैं यार तुहानूं दस्स दिंदा मैं चला किथे आ, मैं चला वा चेयर लिफ्ट ते। ठीक है यार, जदों असीं मरी जाइए जां किसे वी जरा ना पहाड़ी इलाके ते जाइए ते उत्थे लगी हुंदी है ना चेयर लिफ्ट, यानी सारी वाम थल्ले ਹੁੰਦੀ ਹੈ ਤਾਂ ਉੱਤੋਂ ਦੀ ਚੇਅਰ ਲਿਫਟ ਲੰਘਦੀ ਹੁੰਦੀ ਹੈ। ਅਤੇ ਉਹੀ ਸੀਨ ਜਿਹੜਾ ਨਾ ਇੱਥੇ ਸਿਆਲਕੋਟ ਦੇ ਵਿੱਚ ਵੀ ਲੱਗਿਆ। ਠੀਕ ਹੈ, ਉਹ ਅੱਗੇ ਬਜਵਾਦ ਦਾ ਪੁੱਲ, ਠੀਕ ਹੈ, ਬਜਵਾਦ ਦੇ ਪੁੱਲ ਦੇ ਸੈਂਟਰ ਦੇ ਵਿੱਚ ਜਿਹੜਾ ਨਾ ਦਰਿਆ ਆਉਂਦਾ, ਯਾਨੀ ਇਸ ਸਾਈਡ 'ਤੇ ਸਾਡਾ ਇਲਾਕਾ ਅਤੇ ਪਰਲੀ ਸਾਈਡ 'ਤੇ ਵੀ ਬਜਵਾਦ, ਬਜਵਾਦ ਜਾਣ ਵਾਸਤੇ ਦਰਮਿਆਨ ਦੇ ਵਿੱਚ ਪੁੱਲ ਬਣਿਆ ਸੀ। ਠੀਕ ਹੈ, ਥੱਲੋਂ ਦੀ ਜਿਹੜਾ ਨਾ ਪਾਣੀ ਲੰਘਦਾ ਹੁੰਦਾ ਜਿਹੜਾ ਹਡਮਰਾਲੇ ਜਾਂਦਾ, ਅਤੇ ਪਹਿਲੇ ਤਾਂ ਉਹਦੇ ਵਿੱਚ ਕਸ਼ਤੀ ਹੁੰਦੀ ਸੀ, ਅਤੇ ਹੁਣ ਜਿਹੜਾ ਨਾ ਉਹਨਾਂ ਨੇ ਉੱਥੇ ਲਾ ਖੜੀ ਹੈ ਚੇਅਰ ਲਿਫਟ। ਅਤੇ ਅੱਜ ਮੈਂ ਤੁਹਾਨੂੰ ਉਹ ਚੇਅਰ ਲਿਫਟ ਹੀ ਵਿਖਾਉਣ ਜਾਂਦਾ ਵਾਂ ਪਿਆ। ਠੀਕ ਹੈ, ਅੱਜ ਮੈਂ ਆਪੀ ਵੀ ਨਹੀਂ ਵੇਖੀ, ਹੁਣ ਜਾ ਕੇ ਮੈਂ ਆਪੀ ਵੀ ਵੇਖਣਾ ਵਾਂ ਚੇਅਰ ਲਿਫਟ, ਨਾਲੇ ਤੁਹਾਨੂੰ ਵੀ ਵਿਖਾਉਣਾ ਵਾਂ। ਬਾਕੀ ਇਸ ਟਾਈਮ ਇਹ ਨਜ਼ਾਰੇ ਮਜ਼ੇ ਦੇ ਜੇ। ਅਤੇ ਯਾਰ ਉਹ ਸਾਹਮਣੇ ਵਿੱਚ ਚੇਅਰ ਲਿਫਟ, ਅਤੇ ਇਹ ਦਰਿਆਏ 'ਚ ਨਾ ਆਵੇ, ਅਤੇ ਉਹ ਜਿਹੜੇ ਸਾਹਮਣੇ ਪੌਦੇ ਲੱਭਦੇ ਨਾ ਪਏ, ਉਹ ਸਾਈਡ 'ਤੇ ਵੇ ਬਜਵਾਲ। ਅਤੇ ਯਾਰ ਇਸ ਟਾਈਮ ਜਿਹੜਾ ਨਾ ਮੈਂ ਸਿਆਲਕੋਟ ਚੇਅਰ ਲਿਫਟ ਦੇ ਉੱਤੇ ਪਹੁੰਚ ਗਿਆ ਵਾਂ। ਠੀਕ ਹੈ, ਇਹ ਚੇਅਰ ਲਿਫਟ ਇਸ ਸਾਈਡ 'ਤੇ, ਯਾਨੀ ਇਹ ਉਹ ਸਾਈਡ 'ਤੇ ਗਈ ਹੈ, ਉਹ ਸਾਹਮਣੇ ਆ ਰਹੀ। ਅਤੇ ਇਹ ਚੇਅਰ ਲਿਫਟ ਜਿਹੜਾ ਨਾ ਹੁਣ ਇਸ ਸਾਈਡ 'ਤੇ ਆ ਰਹੀ ਹੈ, ਪਹਿਲੇ ਉਸ ਸਾਈਡ 'ਤੇ ਗਈ ਸੀ ਜਦੋਂ ਮੈਂ ਆਇਆ ਹਾਂ। ਅਤੇ ਇਹ ਦਰਮਿਆਨ ਦੇ ਵਿੱਚ ਦਰਿਆਏ ਚਨਾਬ, ਜਦੋਂ ਗਰਮੀਆਂ ਦੇ ਵਿੱਚ ਇੱਥੇ ਪਾਣੀ ਆਉਂਦਾ ਨਾ, ਅਤੇ ਇਹ ਸਾਰੀ ਜਗ੍ਹਾ ਜਿਹੜੀ ਨਾ ਪਾਣੀ ਦੇ ਨਾਲ ਕਵਰ ਹੋ ਗਈ ਹੁੰਦੀ ਹੈ, ਇੱਥੇ ਪਾਣੀ ਪਾਣੀ ਹੁੰਦਾ। ਹੁਣ ਜਿਨ੍ਹਾਂ ਨੇ ਇੱਧਰੋਂ ਉਸ ਸਾਈਡ 'ਤੇ ਜਾਣਾ ਸੀ ਨਾ, ਉਹ ਜਾ ਰਹੇ ਨੇ, ਉਹਨਾਂ ਨੇ ਆਪਣੀ ਮੋਟਰਸਾਈਕਲ ਵੀ ਵਿੱਚ ਹੀ ਰੱਖੀ ਹੈ, ਆਪ ਵੀ ਵਿੱਚ ਹੀ ਬੈਠੇ ਨੇ, ਅਤੇ ਬਹੁਤ ਈਜ਼ੀਲੀ ਜਿਹੜਾ ਨਾ ਹੁਣ ਇਸ ਸਾਈਡ ਤੋਂ ਉਸ ਸਾਈਡ 'ਤੇ ਜਾ ਰਹੇ ਨੇ। ਬਜਵਾ ਜਾਣ ਵਾਸਤੇ ਸਾਹਮਣੇ ਕਸ਼ਤੀ ਵੀ ਲੱਗੀ ਆ, ਏ ਬਰਾਲ ਕਸ਼ਤੀ 'ਤੇ ਹੁਣ ਜ਼ਿਆਦਾ ਆਵਾਮ ਨਹੀਂ ਜਾਂਦੀ, ਹੁਣ ਸਾਰੇ ਜਣੇ ਜਿਹੜਾ ਨਾ ਲਿਫਟ 'ਤੇ ਜਾਂਦੇ ਨੇ। ਵੈਸੇ ਯਾਰ ਹੁਣ ਮੇਰਾ ਵੀ ਦਿਲ ਕਰਦਾ ਪਰ ਲਿਫਟ ਦੇ ਵਿੱਚ ਝੂਟਾ ਲੈਣ ਦਾ, 60 ਰੁਪਏ ਟਿਕਟ ਹੈ। ਠੀਕ ਹੈ, ਆਉਣ ਦੀ ਅਤੇ ਜਾਣ ਦੀ 60 ਰੁਪਏ ਟਿਕਟ, ਅਤੇ ਭਾਵੇਂ ਉੱਥੇ ਜਾਓ ਉੱਥੇ ਜਾ ਕੇ ਉੱਤਰ ਕੇ ਉੱਥੇ ਭਾਵੇਂ ਵਾਪਸ ਆਈਏ, ਭਾਵੇਂ ਝੂਟਾ ਲੈ ਕੇ ਵਾਪਸ ਆਈਏ, 60 ਰੁਪਏ ਟਿਕਟ।
यार अगे मैं उस साइड से हाँ तो हूँ मैं आ गया वहाँ बजवात वाली साइड से। ठीक है सामने कश्ती भी पानी पार करा रही है बराल कश्ती ना ज़्यादा तेजी ना जरा ना लिफ्ट पानी पार करा दी है। सामने सियालकोट का बहुत ही प्यारा बजवात एरिया बराल ही है इतने मैं नहीं जा सकता क्योंकि शाम भैन वाली ना चार बज गए हैं। है सामने साड़ी लिफ्ट सानू लैन वास्ते हूँ वापस आती है एक बार कि वजन आ सकता जा रहे हैं वापिस टिकट इधर देना कितना 60 इसकी सर्विस 24 घंटे है नहीं ये सुबह 7 से शाम 7 7 बजे तक। यार ए कंट्रोलर रूम ठीक है ऐ तो जरा ना लिफ्ट वगैरह चलती है तो हूँ ना लिफ्ट चलती है फिर उस साइड तक गई ही तो हूँ लिफ्ट वापस आ रही है। मैं जरा ना तो मोटरसाइकिल थले लान लगा हाँ तो यह बच्चे मैं कहते हैं हूं कि उतारनी अं तेनों पहले थले उतर जाना है। हेलो फिर मैं भी आ गया अज का गल है लो मैं भी आ गया ना थले। यार ए ही सियालकोट की चेयर लिफ्ट ठीक है सियालकोट की आवाम वास्ते जरा ने एक सहूलत है ये खासकर जी बजवार की आवाम है डेली जरा ना हजारा ना लोग हाडे वाली सैड तो उस सैड से जाते हैं तो उस सैड तो जरा ना इस सैड से आते हैं क्योंकि 100 कारोबार होंगे लोगों का ठीक है उस सैड से भी कारोबार लोग करते हैं तो उधर वाले लोग जरे साडे वाली सैड से आके कारोबार करते होंगे तो पहले जरा ना जो मोटरसाइकिल जाना हों तो बड़ा लंबा जरा ना वाला हों सैड के उस सामने जरा ना वह जिसे सामने पौधे ने उस सैड से बजवात का पुल है ठीक है वह पुल में क्रॉस करके फिर वह सारा एरिया घूम के तो फिर बंदा इतने आता हों ठीक है तो हूँ बहुत ही आसानी हो गई बहुत ज़्यादा कश्ती तो इतने है ही है ठीक है कश्ती तो पहले दी लगी है कश्ती तो उदू लगी है जो मेरे दादा बोड़ी होंगे हैं ठीक है उदू इतने कोई चीज़ उदू तो पुल भी नहीं ना हों तो उदू सिर्फ कश्ती होंगी है इतने तो हूँ जरा ना हूँ सहूलत हो गई हूँ चेयर लिफ्ट भी आ गई है तो चेयर लिफ्ट की सहूलत तो है ही है तो सहूलत तो इलावा जरा ना एक बहुत ही अच्छा पिकनिक पॉइंट भी बन गया है। इन्होंने दिनों के बच्चे इतने पानी भी नहीं है पानी भी इतने बिल्कुल खत्म होने बराबर ही है सिर्फ है पानी है थोड़ा जि दरिया चनाब का हेडमराले भी इन्ना कि पानी होगा मैं तुम्हें अगली वीडियो के जरा ना हेडमराला भी दिखा देंगा हेडमराले के जरा ना की हालात ने बराल अजकल जरा ना बहुत ही अच्छा पिकनिक पॉइंट बनया है फैमिली एरिया तुम समझ सकते हो कि बिल्कुल सेफ एरिया फैमिली वगैरह भी इतने आई ने ठीक है मैं उपर जरा ना खरा हो गया दस नहीं है मैं वीडियो बना क्योंकि फैमिली जरा ना इस सैड तो उस सैड पर जा रही हैं
ਤੇ ਬਜਵਾਦ ਦੀ ਜਿਹੜੀ ਆਵਾਮ ਹੈ ਨਾ ਉਹਨੂੰ ਖਾਸ ਕਰ ਬਹੁਤ ਸਹੂਲਤ ਹੋ ਗਈ ਯਕੀਨ ਮੰਨੋ ਤੇ ਵਿੱਚ ਲੋਕ ਮੋਟਰਸਾਈਕਲ ਰੱਖਦੇ ਨੇ ਮੈਂ ਅੰਕਲ ਹੋਰਾਂ ਕੋਲੋਂ ਪੁੱਛਿਆ ਸੀ ਨਾ ਖਾਨ ਸਾਹਿਬ ਕੋਲੋਂ ਖਾਨ ਸਾਹਿਬ ਪੇ ਕਹਿੰਦੇ ਹਨ ਤਕਰੀਬਨ 28 ਮਨ ਤੱਕ ਜਿਹੜਾ ਨਾ ਵਿੱਚ ਅਸੀਂ ਵਜ਼ਨ ਜਿਹੜਾ ਨਾ ਇੱਕ ਸਾਈਡ ਤੋਂ ਦੂਸਰੀ ਸਾਈਡ ਤੱਕ ਲੈ ਕੇ ਜਾ ਸਕਦੇ ਹਾਂ ਠੀਕ ਹੈ ਬਰਾਲ ਅਸੀਂ ਹਜੇ ਤੱਕ 14 ਤੋਂ 15 ਮਨ ਹੀ ਖੜਿਆ ਤੋਂ ਜ਼ਿਆਦਾ ਨਹੀਂ ਖੜਿਆ ਅਤੇ ਦੋ ਮੋਟਰਸਾਈਕਲਾਂ ਦੇ ਵਿੱਚ ਆਰਾਮ ਦੇ ਨਾਲ ਆ ਜਾਂਦੀਆਂ ਦੋ ਮੋਟਰਸਾਈਕਲਾਂ ਤੋਂ ਦੋ ਫੈਮਿਲੀ ਵਿੱਚ ਆਰਾਮ ਦੇ ਨਾਲ ਬਹਿ ਕੇ ਇਸ ਸਾਈਡ ਤੋਂ ਅਤੇ ਦੂਸਰੀ ਸਾਈਡ 'ਤੇ ਜਾ ਸਕਦੇ ਨੇ ਸਿਰਫ 1 ਮਿੰਟ ਦੇ ਵਿੱਚ ਸਿਰਫ ਇੱਕ ਮਿੰਟ ਵੀ ਜ਼ਿਆਦਾ ਯਾਰ ਅੱਗੇ ਮੈਂ ਗਿਆ ਵਾਂ ਉਸ ਸਾਈਡ ਦੇ ਨੂੰ ਤੁਹਾਨੂੰ ਵਿਖਾਇਆ 1 ਮਿੰਟ ਵੀ ਜ਼ਿਆਦਾ ਅਤੇ ਇਹ ਜਿਹੜਾ ਨਾ ਸਹੂਲਤ ਦੀ ਸਹੂਲਤ ਅਤੇ ਪਿਕਨਿਕ ਪੁਆਇੰਟ ਦਾ ਪਿਕਨਿਕ ਪੁਆਇੰਟ ਹੋ ਗਿਆ ਠੀਕ ਹੈ ਸਿਆਲਕੋਟ ਦੀ ਆਵਾਮ ਜਿਹੜਾ ਨਾ ਐਤਕੀ ਗਰਮੀਆਂ ਦੇ ਵਿੱਚ ਮੈਂ ਕਹਿੰਦਾ ਮੈਂ ਇੱਧਰ ਦਾ ਜਿਹੜਾ ਨਾ ਰੁੱਖ ਘੜਿਆ ਠੀਕ ਹੈ ਹੈਡ ਮਰਾਲਾ ਛੱਡੋ ਹੈਡ ਮਰਾਲੇ ਤਾਂ ਹਰ ਕੋਈ ਆਉਂਦਾ ਜਾਂਦਾ ਰਹਿੰਦਾ ਹੈਡ ਮਰਾਲਾ ਤਾਂ ਹੁਣ ਮਸ਼ਹੂਰ ਹੋ ਗਿਆ ਉੱਥੇ ਤਾਂ ਆਵਾਮ ਨੇ ਆਉਣਾ ਹੀ ਆਉਣਾ ਬਰਾਲ ਮੈਂ ਤੁਹਾਨੂੰ ਕਹਿੰਦਾ ਕਿ ਇਹਨਾਂ ਗਰਮੀਆਂ ਦੇ ਵਿੱਚ ਜਦੋਂ ਪਾਣੀ ਇੱਥੇ ਹੋਣਾ ਉਦੋਂ ਯਕੀਨ ਮੰਨੋ ਚੇਅਰ ਲਿਫਟ ਸਾਡੀ ਇੰਨੀ ਕੁ ਚੱਲਣੀ ਹੈ ਨਾ ਜਿੰਨੀ ਮੜੀ ਨਾਨਕ ਗਾਨ ਸੁਹਾਤਲ ਚੱਲਦੀ ਹੈ ਨਾ ਸਾਡੀ ਚੇਅਰ ਲਿਫਟ ਜਿਹੜਾ ਨਾ ਇੰਨੀ ਫੇਮਸ ਹੋਈ ਜਾਣੀ ਇਹਨਾਂ ਗਰਮੀਆਂ ਦੇ ਵਿੱਚ ਕਿਉਂਕਿ ਅਜੇ ਤਾਂ ਆਵਾਮ ਨੂੰ ਇੰਨਾ ਪਤਾ ਨਹੀਂ ਹੈ ਸਿਆਲਕੋਟ ਦੀ ਆਵਾਮ ਨੂੰ ਨਹੀਂ ਪਤਾ ਹੈ ਕਿ ਸਿਆਲਕੋਟ ਦੇ ਵਿੱਚ ਜਿਹੜਾ ਨਾ ਕੋਈ ਚੇਅਰ ਲਿਫਟ ਵੀ ਲੱਗੀ ਹੈ ਅਤੇ ਹੁਣ ਆਹਿਸਤਾ ਆਹਿਸਤਾ ਸਿਆਲਕੋਟ ਦੀ ਆਵਾਮ ਨੂੰ ਪਤਾ ਲੱਗੇਗਾ ਜਦੋਂ ਆਵਾਮ ਨੂੰ ਆਹਿਸਤਾ ਆਹਿਸਤਾ ਪਤਾ ਲੱਗੀ ਜਾਏਗਾ ਫਿਰ ਆਵਾਮ ਨੂੰ ਇੱਧਰ ਤਾਂ ਜਿਹੜਾ ਨਾ ਮੂੰਹ ਕਰੇਗੀ ਅਤੇ ਫਿਰ ਸਾਡੀ ਸਿਆਲਕੋਟ ਦੀ ਆਵਾਮ ਆਏਗੀ ਉਹ ਫਿਰ ਜਿੱਧਰ ਦਾ ਮੂੰਹ ਕਰੇ ਨਾ ਮੈਂ ਕਹਿੰਦਾ ਉੱਧਰ ਅੰਨੀ ਪਹਾੜਦੇ ਨੇ ਨੇੜੀ ਪਹਾੜਦੇ ਨੇ ਉੱਧਰ ਬਾਕੀ ਇਸ ਟਾਈਮ ਜਿਹੜਾ ਨਾ ਮੈਂ ਤੁਹਾਨੂੰ ਕਹਿੰਦਾ ਕਿ ਹੈਡ ਮਰਾਲੇ ਨਾਲੋਂ ਜ਼ਿਆਦਾ ਸੇਫ ਅਤੇ ਜ਼ਿਆਦਾ ਫੈਮਲੀ ਵਾਲੀ ਜਿਹੜੀ ਜਗ੍ਹਾ ਨਾ ਸੇਫ ਅਤੇ ਹੋਇਆ ਉਹ ਵੀ ਹੈ ਠੀਕ ਹੈ ਉੱਥੇ ਕੋਈ ਪ੍ਰਾਈਵੇਟ ਏਰੀਆ ਨਹੀਂ ਹੈ ਠੀਕ ਹੈ ਉੱਥੇ ਯਾਨੀ ਇੰਝ ਜਿਹੜਾ ਨਾ ਖੁੱਲ੍ਹਾ ਡੁੱਲਾ ਮਾਹੌਲ ਹੀ ਹੈ ਇੱਥੇ ਪ੍ਰਾਈਵੇਟ ਏਰੀਆ ਠੀਕ ਹੈ ਇੱਥੇ ਬੰਦਾ ਫੈਮਲੀ ਨੂੰ ਲੈ ਕੇ ਆ ਸਕਦਾ ਇੰਜੋਏ ਕਰ ਸਕਦਾ ਉਹਦੇ ਤੋਂ ਇਲਾਵਾ ਜਿਹੜਾ ਨਾ ਚੇਅਰ ਲਿਫਟ ਨੂੰ ਵੀ ਇੰਜੋਏ ਕਰ ਸਕਦਾ ਇਸ ਸਾਈਡ ਤੋਂ ਤੁਸੀਂ ਉਸ ਸਾਈਡ 'ਤੇ ਜਾਓ ਠੀਕ ਹੈ ਉਹ ਸਾਹਮਣੇ ਬਜਵਾਦ ਦਾ ਇਲਾਕਾ ਉਸ ਸਾਈਡ 'ਤੇ ਬਹੁਤ ਬਹੁਤ ਪਿਆਰੇ ਮਾਸ਼ਾਅੱਲਾ ਵਿਊ ਨੇ ਠੀਕ ਹੈ ਬੜੇ ਬੜੇ ਪਿਆਰੇ ਵਿਊ ਉਸ ਸਾਈਡ 'ਤੇ ਆਉਂਦੇ ਨੇ ਮੈਂ ਕਿਸੇ ਦਿਨ ਆਵਾਂਗਾ ਸਹੀ ਹੁਣ ਕਿਸੇ ਦਿਨ ਆਵਾਂਗੇ ਭਰਾ ਹੁਣ ਆਵਾਂਗੇ ਪਹਿਲੇ ਟਾਈਮ ਇਹਨਾਂ ਦਿਨਾਂ ਦੇ ਵਿੱਚ ਹੀ ਆਵਾਂਗੇ ਤਕਰੀਬਨ ਹਫ਼ਤੇ ਡੇਢ ਦੇ ਵਿੱਚ ਆਵਾਂਗੇ ਭਰਾ ਲਾਵਾਂਗੇ ਸੁਬਹਾ ਦੇ ਟਾਈਮ 'ਤੇ ਸਾਰਾ ਦਿਨ ਜਿਹੜਾ ਨਾ ਇੱਥੇ ਗੁਜ਼ਾਰ ਕੇ ਜਾਵਾਂਗੇ ਫਿਰ ਜਿਹੜਾ ਨਾ ਮੈਂ ਤੁਹਾਨੂੰ ਉਹ ਵਾਲਾ ਬਜਵਾਤ ਵਾਲਾ ਇਲਾਕਾ ਵੀ ਵਿਖਾਵਾਂਗਾ ਤੁਸੀਂ ਆਰਾਮ ਦੇ ਨਾਲ ਜਿਹੜਾ ਨਾ ਇੱਥੋਂ ਉਸ ਸਾਈਡ 'ਤੇ ਜਾ ਕੇ ਉੱਧਰ ਉੱਧਰੋਂ ਠੀਕ ਹੈ ਉੱਧਰ ਜਾ ਕੇ ਬਜਵਾਤ ਏਰੀਆ ਘੁੰਮੋ ਫਿਰੋ ਘੁੰਮ ਫਿਰ ਕੇ ਤਸਵੀਰਾਂ ਵਗੈਰਾ ਬਣਾਉਣੀਆਂ ਨੇ ਜਾਂ ਤੁਹਾਡੇ ਕੋਲ ਰਿਸ਼ਤੇਦਾਰ ਨੇ ਉਹਨਾਂ ਕੋਲ ਜਾਓ ਅਤੇ ਫਿਰ ਜਿਹੜਾ ਨਾ ਵਾਪਸ ਆਈਓ ਬਰਾਲੇ ਦੀ ਟਾਈਮਿੰਗ ਹੈ ਲਿਫਟ ਦੀ ਵੀ ਚੇਅਰ ਲਿਫਟ ਦੀ ਟਾਈਮਿੰਗ ਹੈ ਸੁਬਹਾ 7 ਵਜੇ ਤੋਂ ਲੈ ਕੇ ਰਾਤ ਨੂੰ 6-7 ਵਜੇ ਤੱਕ ਜਿਹੜਾ ਨਾ ਇਹ ਖੁੱਲ੍ਹੀ ਹੁੰਦੀ 7 ਵਜੇ ਤੋਂ ਬਾਅਦ ਬੰਦ ਹੋ ਜਾਂਦੀ ਬਾਕੀ ਜੇ ਕਿਸੇ ਨੇ ਕਸ਼ਤੀ ਦਾ ਸ਼ੌਕ ਪੂਰਾ ਕਰਨਾ ਅਤੇ ਕਸ਼ਤੀ ਵੀ ਲੱਗੀ ਹੈ ਅਤੇ ਜੇ ਕਿਸੇ ਨੇ ਚੇਅਰ ਲਿਫਟ ਦਾ ਸ਼ੌਕ ਪੂਰਾ ਕਰਨਾ ਅਤੇ ਚੇਅਰ ਲਿਫਟ ਵੀ ਲੱਗੀ ਹੈ ਜਿਹੜੇ ਅਤੇ ਮੜੀ ਨਹੀਂ ਜਾ ਸਕਦੇ ਉਹ ਇੱਥੇ ਹੀ ਚੇਅਰ ਲਿਫਟ ਦੇ ਮਜ਼ੇ ਲੈ ਸਕਦੇ ਨੇ ਕਿਉਂਕਿ ਸਿਆਲਕੋਟ ਯਾਨੀ ਹੁਣ ਜਿਹੜਾ ਨਾ ਮੜੀ ਜਾਣ ਦੀ ਲੋੜ ਹੀ ਨਹੀਂ ਹੈ ਸਿਆਲਕੋਟ ਹੀ ਹੁਣ ਮੜੀ ਬਣੀ ਜਾਂਦਾ ਪਿਆ ਆਹਿਸਤਾ ਤੋੜ ਦਊ 4 ਸਾਲ ਲੱਗਦਾ ਕਿ ਇੱਥੇ ਬਰਫ਼ ਵੀ ਪੈਣ ਲੱਗ ਪੈਣੀ ਹੈ ਹੈ ਆਹ ਥੋੜ੍ਹੀ ਵੱਡੀ ਹੋ ਗਈ ਹੈ ਬਾਕੀ ਯਕੀਨ ਮੰਨੋ ਚੇਅਰ ਲਿਫਟ ਦੇ ਵਿੱਚ ਬਹਿਣ ਦਾ ਨਾ ਮੇਰਾ ਵੀ ਇੱਕ ਡ੍ਰੀਮ ਸੀ ਠੀਕ ਹੈ ਉਹ ਡ੍ਰੀਮ ਅੱਜ ਮੇਰਾ ਕੰਪਲੀਟ ਹੋ ਗਿਆ ਚੇਅਰ ਲਿਫਟ 'ਚ ਬਹਿਣ ਦਾ ਮੈਂ ਕਹਿੰਦਾ ਮੈਂ ਮੜੀ ਜਾਵਾਂਗਾ ਤਾਂ ਉੱਥੇ ਜਾ ਕੇ ਚੇਅਰ ਲਿਫਟ ਦੇ ਵਿੱਚ ਬਵਾਂਗਾ ਬਰਾਲ ਨਹੀਂ ਇਹ ਡ੍ਰੀਮ ਮੇਰਾ ਸਿਆਲਕੋਟ ਦੇ ਵਿੱਚ ਹੀ ਕੰਪਲੀਟ ਹੋ ਗਿਆ ਵੈਸੇ ਮੈਂ ਵੀ ਜਿਹੜਾ ਨਾ ਇਹ ਮੜੀ ਸਿਰਫ ਇੱਕ ਵਾਰੀ ਗਿਆ ਵਾਂ ਉਹ ਵੀ ਤਕਰੀਬਨ 2011 ਦੇ ਵਿੱਚ ਅਤੇ ਮੇਰੀ ਤਰ੍ਹਾਂ ਦੇ ਹੋਰ ਵੀ ਸਾਡੇ ਸਿਆਲਕੋਟ ਹੀ ਬੜੀ ਆਵਾਮ ਹੈ ਠੀਕ ਹੈ ਜਿਹੜੇ ਯਾਰ ਬੜੀ ਸਿਆਲਕੋਟ ਦੀ ਆਵਾਮ ਕਿ ਮੇਰੇ ਆਪਣੇ ਕਈ ਯਾਰ ਦੋਸਤ ਨੇ ਜਿਹੜੇ ਅੱਜ ਤੱਕ ਸਿਆਲਕੋਟ ਤੋਂ ਬਾਹਰ ਨਹੀਂ ਗਏ ਮੈਂ ਤਾਂ ਫਿਰ ਸਿਆਲਕੋਟ ਤੋਂ ਬਾਹਰ ਆਉਂਦਾ ਜਾਂਦਾ ਰਹਿੰਦਾ ਵਾਂ ਠੀਕ ਹੈ ਬਰਾ ਲਓ ਸਿਆਲਕੋਟ ਤੋਂ ਵੀ ਬਾਹਰ ਨਹੀਂ ਗਏ ਹੈ ਅਤੇ ਖੈਰ ਹੁਣ ਭਾਵੇਂ ਮੜੀ ਜਾਓ ਅਤੇ ਭਾਵੇਂ ਨਾ ਜਾਓ ਇੱਥੇ ਆਓ ਠੀਕ ਹੈ ਬਜਵਾਤ ਵਾਲੇ ਪੁਲ 'ਤੇ ਵੀ ਜਾਣ ਦੀ ਜ਼ਰੂਰਤ ਹੈ ਨਹੀਂ ਹੈ ਗੋਂਦਰ ਵਾਲੇ ਰੋਡ 'ਤੇ ਚੜ ਜਾਣਾ ਨਾ ਉਹਦੇ ਸਾਹਮਣੇ ਜਿਹੜਾ ਨਾ ਇੱਕ ਰੋਡ ਜਾਂਦਾ ਠੀਕ ਉਹ ਤੂੰ ਕਿਸੇ ਕੋਲ ਵੀ ਪੁੱਛ ਲੈਣਾ ਚੈੱਕ ਪੋਸਟ ਦੇ ਨਾਲ ਹੁੰਦੀ ਅਤੇ ਉੱਥੋਂ ਸਿੱਧੇ ਆ ਪੈ ਕੇ ਤੂੰ ਹਾਂ ਚੇਅਰ ਲਿਫਟ 'ਤੇ ਆਈ ਜਾਣਾ ਜੇ ਤੂੰ ਚੇਅਰ ਲਿਫਟ 'ਤੇ ਆਈ ਜਾਣਾ ਇੱਥੇ ਆ ਕੇ ਚੇਅਰ ਲਿਫਟ 'ਤੇ ਮਜ਼ੇ ਕਰੋ ਇੰਜੋਏ ਕਰੋ ਚਿਲ ਮੋਲ ਕਰੋ ਸਾਰਾ ਦਿਨ ਜਿਹੜਾ ਨਾ ਇੱਥੇ ਗੁਜ਼ਾਰੋ ਬਾਅਦ 'ਚੋਂ ਆਪਣੇ ਆਪਣੇ ਘਰ ਟੁੱਟ ਜਾਓ ਪਿਕਨਿਕ ਦੀ ਪਿਕਨਿਕ ਹੋਈ ਹੈਗੀ ਅਤੇ ਚੇਅਰ ਲਿਫਟ 'ਤੇ ਮਜ਼ੇ ਹੋਈ ਜਾਣਗੇ ਬਾਕੀ ਇਸ ਟਾਈਮ ਇਹ ਜਿਹੜਾ ਵਿਊ ਨਾ ਇਹ ਵੀ ਬਹੁਤ ਲੈਵਲ ਦਾ ਆ ਰਿਹਾ ਇਸ ਟਾਈਮ ਪਾਣੀ ਜਿਹੜਾ ਨਾ ਬਹੁਤ ਘੱਟ ਹੈ ਗਰਮੀਆਂ ਦੇ ਵਿੱਚ ਇੱਥੇ ਪਾਣੀ ਬੇਬਾ ਹੋਣਾ ਠੀਕ ਹੈ ਸਾਰੇ ਜਗ੍ਹਾ 'ਤੇ ਜਿੱਥੇ ਮੈਂ ਖਲੋਤਾ ਵਾ ਨਾ ਇਸ ਟਾਈਮ ਸਾਰੀ ਜਗ੍ਹਾ 'ਤੇ ਪਾਣੀ ਹੁੰਦਾ ਹੈ ਠੀਕ ਹੈ ਉਹਨਾਂ ਨੇ ਤਦ ਹੀ ਜਿਹੜਾ ਨਾ ਬਹੁਤ ਉੱਪਰ ਘੜ ਕੇ ਬਣਾਇਆ ਜਿੰਨਾ ਜਿੱਥੋਂ ਅਸੀਂ ਥੱਲੇ ਉੱਤਰ ਕੇ ਆਏ ਨਾ ਜਿੱਥੇ ਗੱਡੀਆਂ ਨੇ ਇੱਥੋਂ ਉੱਥੋਂ ਤੱਕ ਪਾਣੀ ਹੁੰਦਾ ਆਮ ਪਾਣੀ ਠੀਕ ਹੈ ਜਦੋਂ ਜ਼ਿਆਦਾ ਹੋਈ ਉਦੋਂ ਫਿਰ ਸਾਰੀ ਗੱਲ ਹੈ ਕਿ ਪਾਰ ਹੋ ਜਾਂਦਾ ਬਰਾਲ ਇੱਥੋਂ ਤੱਕ ਜਿਹੜਾ ਨਾ ਪਾਣੀ ਆਮ ਹੁੰਦਾ ਤਾਂ ਦੱਸ ਉਹਨਾਂ ਨੇ ਜਿਹੜਾ ਨਾ ਜ਼ਿਆਦਾ ਉੱਪਰ ਕਰਕੇ ਬਣਾਇਆ ਕਿ ਜਦੋਂ ਪਾਣੀ ਵੀ ਆਈਏ ਨਾ ਲਿਫਟ ਚੱਲਣ ਦੇ ਵਿੱਚ ਜਿਹੜਾ ਨਾ ਕੋਈ ਰੁਕਾਵਟ ਨਾ ਹੋਏ ਅਤੇ ਖੈਰ ਇੱਥੇ ਮੈਂ ਵਾਲੀ ਵੀਡੀਓ ਦਾ ਕਰਨਾ ਵਾ ਐਂਡ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਮੈਨੂੰ ਕਮੈਂਟ ਵਿੱਚ ਲਾਜ਼ਮੀ ਦੱਸਣਾ ਚੰਗੀ ਲੱਗੀ ਹੋਏ ਤਾਂ ਆਪਣੇ ਦੋਸਤਾਂ ਦਾ ਇੱਕ ਸ਼ੇਅਰ ਲਾਜ਼ਮੀ ਕਰ ਦੇਣਾ ਮਿਲਣੇ ਅਗਲੇ ਵਲਾਗ ਦੇ ਵਿੱਚ ਉਸ ਤੱਕ ਆਪਣਾ ਖਿਆਲ ਰੱਖਣਾ ਅਤੇ ਸਾਨੂੰ ਦੁਆਵਾਂ ਵਿੱਚ ਯਾਦ ਰੱਖਣਾ ਅੱਲਾ ਹਾਫਿਜ਼।